मैं परमजीत कौर पम्मी। मैं एक दिन किसी भैन की किताब पढ़ रही सी। उन्होंने लिखा सी कि उन्हों का मन चाहता है कि हर औरत दे अंदरों, हर बुजुर्ग माता दे अंदरों वो गीत कढ़वा लवे या सुन लवे जो साड़ी नवी पीढ़ी लिए बहुत जरूरी हैं। उसका मन करता है कि हर घर विच जा के, हर गली विच जा के, हर पिंड विच जा के उस बुजुर्ग माता को उस गीत नूं गवा लवे ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਪੁੱਛਦਾ ਕਰ ਸਕੇ। ਇਸ ਤਰ੍ਹਾਂ ਮੇਰੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਗੀਤ ਮੈਨੂੰ ਮਿਲਦਾ ਹੈ, ਚਾਹੇ ਮੈਨੂੰ ਗਾਉਣਾ ਆਉਂਦਾ ਚਾਹੇ ਨਹੀਂ ਗਾਉਣਾ ਆਉਂਦਾ, ਪਰ ਮੈਂ ਆਪਣੀ ਚੰਗੀ ਮੰਦੀ ਆਵਾਜ਼ ਵਿੱਚ ਉਸ ਗੀਤ ਨੂੰ ਸਰੋਤਿਆਂ ਤੱਕ ਪੁੱਜਦਾ ਜ਼ਰੂਰ ਕਰਦੀ ਹਾਂ। ਇਸ ਗੱਲ ਦਾ ਮੈਨੂੰ ਸ਼ੌਕ ਹੈ ਅਤੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਜਦੋਂ ਮੈਂ ਇਹਨਾਂ ਗੀਤਾਂ ਨੂੰ ਗਾਉਂਦੀ ਹਾਂ, ਅਤੇ ਮੇਰੀਆਂ ਬਚਪਨ ਦੀਆਂ ਚਾਚੀਆਂ ਤਾਈਆਂ ਮਾਸੀਆਂ ਮੇਰੀਆਂ ਅੱਖਾਂ ਅੱਗੇ ਆ ਜਾਂਦੀਆਂ। ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਬਚਪਨ ਵਿੱਚ ਵੀ ਉਹਨਾਂ ਦੇ ਨਾਲ ਗੀਤ ਗਾਇਆ ਕਰਦੀ ਸੀ। ਇਸੇ ਕਰਕੇ ਹੀ ਸ਼ਾਇਦ ਇਹ ਗੀਤ ਮੇਰੇ ਨਾਲ ਹੀ ਤੁਰੇ ਆਉਂਦੇ ਹਨ ਅਤੇ ਮੇਰੇ ਨਾਲ ਹੀ ਮੁੱਕ ਜਾਣਗੇ। ਕੋਸ਼ਿਸ਼ ਹੈ ਜਿੰਨਾ ਚਿਰ ਸਾਹ ਚੱਲਦੇ ਹਨ ਤਾਂ ਇਹਨਾਂ ਗੀਤਾਂ ਦਾ ਪ੍ਰਭਾਵ ਵੀ ਚੱਲਦਾ ਰਹੇ। ਸੁਣੋ, ਬੜਾ ਪਿਆਰਾ ਜਿਹਾ ਗੀਤ ਹੈ, ਪਤੀ ਪਤਨੀ ਦੇ ਪਿਆਰ ਦਾ ਗੀਤ ਹੈ। ਰੰਗ ਲਲਾਰੀਆ ਸਿੰਘ ਜੀ ਦਾ ਚੀਰਾ, ਵੇ ਸਿੰਘ ਜੀ ਦਾ ਚੀਰਾ, ਸਿੰਘ ਜੀ ਨੇ ਨੌਕਰ ਜਾਣਾਈ ਓਏ। ਨੌਕਰ ਜਾਣਾ ਜੀ ਮਾਲਵੇ ਨੂੰ ਜਾਣਾ, ਜੀ ਮਾਲਵੇ ਨੂੰ ਜਾਣਾ, ਤੁਰ ਪਟਿਆਲੇ ਜਾ ਪੁੱਜਣਾਈ ਓਏ। ਸਿੰਘ ਤਾਂ ਸਾਡਾ ਜੀ ਰਾਜ ਦਾ ਸਿਪਾਹੀ, ਜੀ ਰਾਜ ਦਾ ਸਿਪਾਹੀ, ਮੈਲਾ ਚ ਉਹਦਾ ਆਣਾ ਜਾਣਾਈ ਓਏ। ਦੌਲਤ ਦੇਖ ਕੇ ਮੋਇਆ ਨਾ ਜਾਵੇ ਜੀ, ਮੋਇਆ ਨਾ ਜਾਵੇ, ਸਾਨੂੰ ਤਾਂ ਰਹਿੰਦਾ ਏ ਖਤਰਾ ਜੀ ਓਏ। ਸਿਉਂਦੇ ਦਰ ਜੀਆ ਸਿੰਘ ਜੀ ਦਾ ਜੋੜਾ, ਬਈ ਸਿੰਘ ਜੀ ਦਾ ਜੋੜਾ, ਸਿੰਘ ਜੀ ਨੇ ਨੌਕਰ ਜਾਣਾ ਜੀ ਓਏ। ਨੌਕਰ ਜਾਣਾ ਜੀ ਮਾਲਵੇ ਨੂੰ ਜਾਣਾ, ਜੀ ਮਾਲਵੇ ਨੂੰ ਜਾਣਾ, ਤੁਰ ਪਟਿਆਲੇ ਜਾ ਪੁੱਜਣਾਈ ਸਿੰਘ ਤਾਂ ਸਾਡਾ ਜੀ ਰਾਜ ਦਾ ਸਿਪਾਹੀ, ਜੀ ਰਾਜ ਦਾ ਸਿਪਾਹੀ, ਮੈਲਾ ਚ ਉਹਦਾ ਆਣਾ ਜਾਣਾ ਜੀ ਓਏ। ਰਹਿਣੀ ਬਹਿਣੀ ਦੇਖ ਕੇ ਮੋਇਆ ਨਾ ਜਾਵੇ ਜੀ, ਮੋਇਆ ਨਾ ਜਾਵੇ,
ਸਾਨੂੰ ਤਾਂ ਰਹਿੰਦਾ ਏ ਖਤਰਾ ਜੀ ਕੜੀ ਸੁਣਿਆ ਰਿਹਾ ਮੇਰੇ ਸਿੰਘ ਜੀ ਦਾ ਕੈਂਠਾ ਬਈ ਸਿੰਘ ਜੀ ਦਾ ਕੈਂਠਾ ਸਿੰਘ ਜੀ ਨੇ ਨੌਕਰ ਜਾਣਾ ਜੀ ਨੌਕਰੀ ਜਾਣਾ ਜੀ ਮਾਲਵੇ ਨੂੰ ਜਾਣਾ ਜੀ ਮਾਲਵੇ ਨੂੰ ਜਾਣਾ ਤੁਰ ਪਟਿਆਲੇ ਜਾ ਪੁੱਜਣਾ ਈ ਸਿੰਘ ਤਾਂ ਸਾਡਾ ਜੀ ਰਾਜੇ ਦਾ ਸਿਪਾਹੀ ਜੀ ਰਾਜੇ ਦਾ ਸਿਪਾਹੀ ਮਹਿਲਾ ਚ ਉਹਦਾ ਆਣਾ ਜਾਣਾ ਈ ਰਾਣੀਆਂ ਦੇਖ ਕੇ ਮੋਇਆ ਨਾ ਜਾਵੇ ਜੀ ਮੋਇਆ ਨਾ ਜਾਵੇ ਸਾਨੂੰ ਤਾਂ ਰਹਿੰਦਾ ਏ ਖਤਰਾ ਜੀ ਬਣਾਵੇ ਮੋਚੀਆ ਸਿੰਘ ਜੀ ਦੀ ਜੁੱਤੀ ਬਈ ਸਿੰਘ ਜੀ ਦੀ ਜੁੱਤੀ ਸਿੰਘ ਜੀ ਨੇ ਨੌਕਰ ਜਾਣਾ ਜੀ ਨੌਕਰ ਜਾਣਾ ਜੀ ਮਾਲਵੇ ਨੂੰ ਜਾਣਾ ਜੀ ਮਾਲਵੇ ਨੂੰ ਜਾਣਾ ਤੁਰ ਪਟਿਆਲੇ ਜਾ ਪੁੱਜਣਾ ਈ ਸਿੰਘ ਤਾਂ ਸਾਡਾ ਜੀ ਰਾਜੇ ਦਾ ਸਿਪਾਹੀ ਜੀ ਰਾਜੇ ਦਾ ਸਿਪਾਹੀ ਮਹਿਲਾ ਚ ਉਹਦਾ ਆਉਣਾ ਜਾਣਾ ਈ ਸ਼ੋਹਰਤ ਦੇਖ ਕੇ ਮੋਇਆ ਨਾ ਜਾਵੇ ਜੀ ਮੋਇਆ ਨਾ ਜਾਵੇ ਸਾਨੂੰ ਤਾਂ ਰਹਿੰਦਾ ਏ ਖਤਰਾ।